ਸਭ ਤੋਂ ਪਹਿਲਾਂ T2 ਬਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਬੜਿਆ ਹੈ ਨਹੀਂ ਹਾਸਾ ਆਉਂਦਾ ਵਾ, ਪਰ ਮੇਰੇ ਵੱਡੇ ਭਰਾ ਰਵਣੀ ਬਿੱਟੂ ਦੀਆਂ ਗੱਲਾਂ ਸੁਣ ਕੇ ਗੱਲਾਂ ਹੁਣੇ ਹੁਣੇ ਉਹਨਾਂ ਨੇ ਬਿਆਨ ਦਿੱਤਾ ਵਾ ਵੀ ਇੱਥੇ ਨਾ ਉਹ ਮੈਟਰੋ ਲੈ ਕੇ ਆਊਗਾ ਲੁਧਿਆਣੇ ਦੇ ਵਿੱਚ। ਮੈਂ ਤਾਂ ਰਵਨੀ ਬਿੱਟੂ ਜੀ ਨੂੰ ਪੁੱਛਣਾ ਚਾਹੁੰਦਾ ਵਾ ਵੀ ਤੂੰ ਸੈਕਿੰਡ ਸਟੈਂਡ ਤਾਂ ਹੁਣ ਤੱਕ ਬਣਾ ਨਹੀਂ ਸਕਿਆ, 10 ਸਾਲ ਦਾ ਤੂੰ MP ਆ ਲੁਧਿਆਣੇ ਦਾ, ਅਤੇ 5 ਸਾਲ ਦਾ MP ਤੁਸੀਂ ਉੱਥੇ ਰਹੇ ਹੋ ਅਨੰਦਪੁਰ ਸਾਹਿਬ, ਉੱਥੇ ਨਹੀਂ ਸਾਈਕਲ ਸਟੈਂਡ ਬਣਿਆ, ਅਤੇ ਗੱਲਾਂ ਕਰਦੇ ਹਾਂ ਆਪਾਂ ਮੈਟਰੋ ਦੀਆਂ ਗੱਲਾਂ, ਕਾਹਨੂੰ ਲੋਕਾਂ ਨੂੰ ਗੁੰਮਰਾਹ ਕਰਦੇ ਹੋ ਤੁਸੀਂ? ਕਹਿੰਦੇ ਬੁੱਢਾ ਨਾਲਾ ਸਾਫ਼ ਕਰਾਂਗੇ 3 ਸਾਲਾਂ ਦੇ ਵਿੱਚ, ਉਹ ਨਹੀਂ ਕੰਮ ਹੋਇਆ। ਉਹ ਲੋਕਾਂ ਨੂੰ ਬੇਨਤੀ ਕਰਦੇ ਅਤੇ ਲਾਰਿਆ ਜਾਣਾ ਆਯੋਗ ਨਾ ਐਤਕੀ ਦਾ, ਇੱਕ ਸਾਡਾ ਰਾਜਾ ਵੜਿੰਗ ਜੀ ਦਾ ਉਹਦਾ ਮੈਂ ਬਿਆਨ ਸੁਣਿਆ ਵੀ ਰਮਣੀਤ ਬਿੱਟੂ ਭੂਤ ਆ, ਮੇਰੇ ਵੱਡੇ ਭਰਾ ਨੂੰ ਭੂਤ ਦੱਸੀ ਜਾਂਦਾ ਉਹ। ਦੱਸੋ ਆਹ ਕੋਈ ਮੁੱਦਾ ਵਾ, ਇਹਦੇ ਨਾਲ ਦੱਸੋ ਕੀ ਲੋਕਾਂ ਦਾ ਫਾਇਦਾ ਵਾ ਕਰਾ ਲਓ? ਉਹ ਬਾਈ ਜੇ ਰਵਨੀਤ ਬਿੱਟੂ ਤੂੰ ਮੇਰੇ ਭਰਾ ਨੂੰ ਭੂਤ ਦੱਸਦਾ ਵਾ ਤਾਂ ਤੂੰ ਵੀ ਭੂਤ ਹੀ ਆ। ਹਲੋ ਆਹ ਕੋਈ ਮੁੱਦਾ ਨਹੀਂ ਹੈ, ਮੁੱਦਿਆਂ ਦੀ ਗੱਲ ਤੁਸੀਂ ਤੋਰੋ ਕਰਾ, ਹਜੇ ਤਾਂ ਜੰਗ ਲੱਗੀ ਨਹੀਂ ਕਰਾ, ਜੰਗ ਲੱਗਣੀ ਆ ਆਹ, ਲੋਕ ਬਹੁਤ ਸਿਆਣੇ ਹੋ ਚੁੱਕੇ ਆ ਕਰਾ। ਤੁਸੀਂ ਹੁਣ ਜਿੰਨੇ ਮਰਜ਼ੀ ਡਰਾਮੇ ਕਰੀ ਜਾਓ, ਮੈਂ ਲੋਕਾਂ ਨੂੰ ਬੇਨਤੀ ਕਰਦਾ ਇਹਨਾਂ ਝਾਸੇ 'ਚ ਨਾ ਆਓ ਕਰਾ, ਆਪਦੇ ਬੱਚਿਆਂ ਦਾ ਭਵਿੱਖ ਨਾ ਖਰਾਬ ਕਰੋ। ਕਦੇ ਚਾਰ ਨਾਲ ਰੋਟੀ ਖਾਂਦੇ ਆ, ਕਦੇ ਕੁਛ ਕਰਦੇ, ਕਦੇ ਕੁਛ ਕਰਦੇ ਆ, ਹੁਣ ਇਹਨਾਂ ਕੋਲ ਪੱਲੇ ਦਾ ਕੱਖ ਨਹੀਂ ਇਹਨਾਂ ਦੇ ਕਰਾ ਲਓ, ਇਹਨਾਂ ਦੇ ਕਰਾ, ਠੀਕ ਨਹੀਂ ਗੱਲ? ਯਾਨੀ ਕਹਿਣ ਦਾ ਭਾਵ ਮੈਂ ਬੇਨਤੀ ਕਰਨਾ ਚਾਹੁੰਦਾ ਵਾ ਕਰਾ ਲੋਕਾਂ ਨੂੰ, ਆਮ ਲੋਕਾਂ ਨੂੰ, ਵੀ ਇਹਨਾਂ ਦੇ ਬਿਆਨਬਾਜ਼ੀ ਜਿਹੜੇ ਹੈਗੇ ਆ ਉਹ ਉਹਨਾਂ ਦੇ ਬਚੋ, ਉਹਨਾਂ ਦੇ ਮਨ ਨਹੀਂ ਕਹਿੰਦਾ। ਥੈਂਕ ਯੂ, ਮਿਹਰਬਾਨੀ, ਸ਼ੁਕਰੀਆ।